ਇਹ ਚਿੱਤਰ ਜਿਸ ਵਿੱਚ ਇੱਕ ਮਾਂ ਨੇ ਆਪਣੇ ਬੱਚੇ ਨੂੰ ਗਲ ਨਾਲ ਲਾਇਆ ਹੋਇਆ ਹੈ ਬਹੁਤ ਹੀ ਸੋਹਣਾ ਹੈ। ਤੁਸੀਂ ਇਸ ਸਟੈਂਸਿਲ ਤੋਂ ਦੋਵਾਂ ਦੇ ਚਿੱਤਰ ਨੂੰ ਕੱਟ ਲਵੋ। ਤੁਸੀਂ ਵਿੱਚੋਂ ਮਾਂ ਦਾ ਚਿੱਤਰ ਵੱਡਾ ਦੇਖੋਗੇ ਅਤੇ ਹਥੇਲੀ ਉੱਤੇ ਗੋਂਦ ਚਿਪਕਾ ਕੇ ਸੁੱਕਣ ਲਈ ਰੱਖ ਦਵੋ। ਫਿਰ ਤੁਸੀਂ ਬੱਚੇ ਦੇ ਚਿੱਤਰ ਅਤੇ ਮਾਂ ਦੇ ਹੱਥਾਂ 'ਤੇ ਚਿਪਕਾ ਦਿਓ। ਇਹ ਇਸ ਤਰ੍ਹਾਂ ਪ੍ਰਤੀਤ ਹੋਏਗਾ ਕਿ ਜਿਵੇਂ ਮਾਂ ਨੇ ਆਪਣੇ ਬੱਚੇ ਨੂੰ ਗਲ ਨੂੰ ਲਾਇਆ ਹੋਇਆ ਹੈ। ਤੁਸੀਂ ਇਸ ਨੂੰ ਘੁਮਾ ਕੇ ਵੇਖ ਸਕਦੇ ਹੋ। ਮਾਂ ਦੇ ਚਿੱਤਰ ਨੂੰ ਤੁਸੀਂ ਕਿਸੇ ਰੰਗ ਬਿਰੰਗੇ ਕਾਗਜ਼ 'ਤੇ ਚਿਪਕਾ ਸਕਦੇ ਹੋ, ਤੁਸੀਂ ਇਸ ਨੂੰ ਦੀਵਾਰ 'ਤੇ ਵੀ ਚਿਪਕਾ ਸਕਦੇ ਹੋ।